ਆਯੁਰਵੈਦਿਕ ਭੰਡਾਰ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਹੈਲਥ ਨਾਲ ਜੁੜੀ ਨਵੀਂ ਨਵੀਂ ਵੀਡੀਓ ਦੇਖਣ ਲਈ ਆਪਣੇ ਇਸ ਚੈਨਲ ਨੂੰ ਅੱਜ ਹੀ ਫ੍ਰੀ ਦੇ ਵਿੱਚ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਇਓ। ਦੋਸਤੋ, ਕੱਦੂ ਕੀ ਸਬਜ਼ੀ ਤੋਂ ਆਪ ਸਭੀ ਨੇ ਖਾਈ ਹੋਗੀ, ਲੇਕਿਨ ਇਸਕੇ ਅੰਦਰ ਇੱਕ ਐਸਾ ਖਜ਼ਾਨਾ ਛੁਪਾ ਹੁਆ ਹੈ ਜਿਸੇ ਬਹੁਤ ਸਾਰੇ ਲੋਕ ਜਾਣੇ ਅਣਜਾਣੇ ਮੇਂ ਜਾਂ ਗਲਤੀ ਸੇ ਕੂੜੇਦਾਨ ਮੇਂ ਫੇਂਕ ਦੇਤੇ ਹੈ, ਕਿਉਂਕਿ ਉਹਨੇ ਇਸ ਖਜ਼ਾਨੇ ਕੇ ਆਸ਼ਚਰਯਜਨਕ ਫਾਇਦੋ ਕੇ ਬਾਰੇ ਮੇਂ ਬਿਲਕੁਲ ਵੀ ਪਤਾ ਨਹੀਂ ਹੋਤਾ ਹੈ। ਤੋ ਦੋਸਤੋ, ਵਹ ਖਜ਼ਾਨਾ ਹੈ ਕੱਦੂ ਕੇ ਬੀਜ। ਜੀ ਹਾਂ, ਇਸ ਵੀਡੀਓ ਕੋ ਦੇਖਨੇ ਕੇ ਬਾਅਦ ਹਮ ਆਪਕੋ 101% ਦਾਵਾ ਕਰਤੇ ਹੈ ਕਿ ਇਸਕੇ ਸਰੀਰ ਮੇਂ ਹੋਨੇ ਵਾਲੇ ਅਸਰਦਾਰ ਫਾਇਦੋ ਕੇ ਬਾਰੇ ਮੇਂ ਜਾਣਕਰ ਆਪ ਇਸਕੇ ਬੀਜੋ ਕੋ ਫੇਂਕਨੇ ਸੇ ਪਹਿਲੇ ਇੱਕ ਵਾਰ ਜ਼ਰੂਰ ਸੋਚੋਗੇ ਕਿ ਯਹ ਖਜ਼ਾਨਾ ਹਮਾਰੇ ਸਿਹਤ ਕੇ ਲੀਏ ਕਿਤਨਾ ਅਸਰਦਾਰ ਔਰ ਬੈਨੀਫਿਟ ਹੈ। ਤੋ ਆਈਏ ਦੋਸਤੋ, ਹਮ ਖੁਦ ਇੱਕ ਵਾਰ ਜਾਣ ਲੇਤੇ ਹੈ ਇਸਕੇ ਕਮਾਲ ਕੇ ਫਾਇਦੋ ਔਰ ਲਾਜਵਾਬ ਅਸਰ ਕੇ ਬਾਰੇ ਮੇਂ। ਦੋਸਤੋ, ਆਪਨੇ ਕਭੀ ਕੱਦੂ ਕੋ ਧਿਆਨ ਸੇ ਕਾਟਤੇ ਹੋਏ ਦੇਖਾ ਹੋਗਾ ਕਿ ਉਸਮੇਂ ਬਹੁਤ ਸਾਰੇ ਬੀਜ ਨਿਕਲਤੇ ਹੈ। ਯਹੀ ਖਜ਼ਾਨਾ ਯਾਨੀ ਕਿ ਬੀਜ ਹਮਾਰੇ ਸਿਹਤ ਕੇ ਲੀਏ ਬਹੁਤ ਹੀ ਫਾਇਦੇਮੰਦ ਹੋਤੇ ਹੈ, ਕਿਉਂਕਿ ਜੋ ਕੱਦੂ ਕੇ ਬੀਜ ਹੋਤੇ ਹੈ ਦੋਸਤੋ, ਵਹ ਪੋਸ਼ਕ ਤੱਤੋਂ ਕਾ ਖਜ਼ਾਨਾ ਹੋਤੇ ਹੈ। ਤੋ ਜਾਣਤੇ ਹੈ ਦੋਸਤੋ ਇਸਕੇ ਪਹਿਲੇ ਫਾਇਦੇ ਕੇ ਬਾਰੇ ਮੇਂ, ਪਾਚਨ ਤੰਤਰ ਕੋ ਬਣਾਏ ਸਵਾਸਥ। ਜੀ ਹਾਂ ਦੋਸਤੋ, ਯਦਿ ਆਪ ਕੱਦੂ ਕੇ 3-4 ਬੀਜੋ ਕੋ ਖਾਤੇ ਹੋ ਤੋ ਯਹ ਆਪਕੇ ਖਾਨੇ ਕੋ ਪਚਾਨੇ ਮੇਂ ਮਦਦਗਾਰ ਮਾਨਾ ਜਾਤਾ ਹੈ, ਤਥਾ ਨੋਰਮਲ ਗੈਸ ਕਬਜ਼ ਆਦਿ ਸੇ ਯਹ ਰਾਹਤ ਦਿਲਾਤਾ ਹੈ। ਆਪ ਇਹਨੇ ਅੰਕੁਰਿਤ ਜਾਂ ਭੂਨ ਕਰ ਵੀ ਖਾ ਸਕਤੇ ਹੈ। ਆਪ ਹਫ਼ਤੇ ਮੇਂ ਦੋਸਤੋ ਇਨ ਬੀਜੋ ਕੋ 2 ਵਾਰ ਆਸਾਨੀ ਸੇ ਖਾ ਸਕਤੇ ਹੈ। ਆਂਖੋ ਕੇ ਲੀਏ ਫਾਇਦੇਮੰਦ, ਦੋਸਤੋ ਕੱਦੂ ਕੇ ਬੀਜੋ ਕੋ ਆਂਖੋ ਕੇ ਲੀਏ ਬੜਿਆ ਗੁਣਕਾਰੀ ਔਰ ਫਾਇਦੇਮੰਦ ਮਾਨੇ ਜਾਤੇ ਹੈ। ਜੀ ਹਾਂ, ਕਿਉਂਕਿ ਕੱਦੂ ਕੇ ਬੀਜੋ ਮੇਂ ਵਿਟਾਮਿਨ ਏ ਤੱਤਵ ਪਾਇਆ ਜਾਤਾ ਹੈ, ਜੋ ਕਿ ਹਮਾਰੇ ਆਂਖੋ ਕੇ ਲੀਏ ਲਾਭਕਾਰੀ ਤੱਤਵ ਮਾਨਾ ਜਾਤਾ ਹੈ। ਇਸ ਲਈ ਕੱਦੂ ਕੇ ਬੀਜੋ ਕਾ ਸੇਵਨ ਕਰਨੇ ਸੇ ਆਂਖੋ ਕੀ ਰੋਸ਼ਨੀ ਸਵਸਥ ਰਹਿਤੀ ਹੈ। ਪੇਸ਼ਾਬ ਯਾਨੀ ਕਿ ਮੂਤਰਾਸ਼ਯ ਕੀ ਸਮੱਸਿਆ ਕੋ ਕਰੇ ਦੂਰ, ਯਦਿ ਰਾਤ ਕੋ ਦੋਸਤੋ ਬਾਰ ਬਾਰ ਪੇਸ਼ਾਬ ਕਰਨੇ ਕੇ ਲੀਏ ਆਪਕੋ ਉੱਠਣਾ ਪੜਤਾ ਹੈ, ਤੋ ਕੱਦੂ ਕੇ ਬੀਜੋ ਕੋ ਮੂਤਰਾਸ਼ਯ ਕੇ ਇਸ ਸਮੱਸਿਆ ਮੇਂ ਉਪਯੋਗ ਕੀਆ ਜਾ ਸਕਤਾ ਹੈ। ਜੀ ਹਾਂ, ਆਪਕੋ ਕਿਆ ਕਰਨਾ ਹੈ ਦੋਸਤੋ, ਕਿ ਕੇਵਲ 5-7 ਗ੍ਰਾਮ ਕੱਦੂ ਕੇ ਬੀਜੋ ਕੋ ਭੂਨ ਕਰ ਖਾਣਾ ਹੈ। ਜੀ ਹਾਂ, ਜਿਸੇ ਰਾਤ ਕੋ ਬਾਰ ਬਾਰ ਪੇਸ਼ਾਬ ਆਨੇ ਕੀ ਸਮੱਸਿਆ ਦੂਰ ਹੋ ਜਾਤੀ ਹੈ। ਖਰਾਬ ਕੋਲੈਸਟ੍ਰੋਲ ਕੋ ਘਟਾਏ, ਦੋਸਤੋ ਕੱਦੂ ਕੇ ਜੋ ਬੀਜ ਹੋਤੇ ਨਾ ਵਹ ਖਰਾਬ ਕੋਲੈਸਟ੍ਰੋਲ ਕੋ ਕਮ ਕਰ ਦੇਤੇ ਹੈ, ਤਥਾ ਯਹ ਬੀਜ ਬੋਡੀ ਮੇਂ ਅੱਛੇ ਕੋਲੈਸਟ੍ਰੋਲ ਕੋ ਬੜਾਤੇ ਹੈ। ਚਿੰਤਾ ਕੋ ਕਰੇ ਦੂਰ, ਦੋਸਤੋ ਅਧਿਐਨ ਕੇ ਦੁਆਰਾ ਯਹ ਪਤਾ ਕਿਆ ਗਿਆ ਹੈ ਕਿ ਕੱਦੂ ਕੇ ਬੀਜੋ ਕੋ ਖਾਣੇ ਸੇ ਚਿੰਤਾ ਤਣਾਵ ਕੋ ਦੂਰ ਕਿਆ ਜਾਤਾ ਹੈ, ਕਿਉਂਕਿ ਕੱਦੂ ਕੇ ਬੀਜੋ ਮੇਂ ਅਮੀਨੋ ਐਸਿਡ ਪਾਏ ਜਾਣੇ ਪਰ ਯਹ ਤੰਤ੍ਰਿਕਾ ਪ੍ਰਕਿਰਿਆ ਕੋ ਸ਼ਾਂਤ ਕਰਤਾ ਹੈ। ਯਦਿ ਆਪ ਕੱਦੂ ਕੇ ਬੀਜੋ ਕੋ ਫੇਂਕਨੇ ਕੀ ਜਗ੍ਹਾ ਦੋਸਤੋ ਭੂਨ ਕਰ ਇਸਕੇ ਬੀਜੋ ਕੋ ਖਾਤੇ ਹੋ ਤੋ ਯਹ ਆਪਕੇ ਚਿੰਤਾ ਤਣਾਵ ਗ੍ਰਸਤ ਕੋ ਕਮ ਕਰ ਦੇਗਾ। ਹੈਰਾਨੀ ਕੀ ਬਾਤ ਇਹ ਹੈ ਦੋਸਤੋ ਕਿ ਕੱਦੂ ਕੇ ਬੀਜ ਸੇ ਜੋ ਤੇਲ ਨਿਕਲਦਾ ਹੈ ਉਸਮੇਂ ਐਂਟੀ ਇਨਫਲੇਮੈਂਟਰੀ ਕੇ ਗੁਣ ਪਾਏ ਜਾਤੇ ਹੈ। ਓਸਟੀਓਆਰਥਰਾਇਟਸ, ਰੂਮੇਟਾਇਡਸ ਗਠੀਆ ਮੇਂ ਵੀ ਯਹ ਫਾਇਦੇਮੰਦ ਮਾਨਾ ਜਾਤਾ ਹੈ, ਜਿਸੇ ਕਿ ਦੋਸਤੋ ਕੱਦੂ ਕੇ ਬੀਜ ਕੋ ਵੀ ਗਠੀਆ ਮੇਂ ਵੀ ਇਸਤੇਮਾਲ ਕੀਆ ਜਾਤਾ ਹੈ। ਕੱਦੂ ਕੇ ਬੀਜ ਪੁਰੁਸ਼ੋ ਕੇ ਹਾਰਮੋਨ ਸਿਸਟਮ ਮੇਂ ਵੀ ਸੁਧਾਰ ਕਰਤੇ ਹੈ, ਜਿਸੇ ਕਿ ਦੋਸਤੋ ਕਿਆ ਹੋਤਾ ਹੈ ਕਿ ਕੱਦੂ ਕੇ ਬੀਜੋ ਕਾ ਸੇਵਨ ਕਰਨੇ ਸੇ ਸ਼ੀਘ੍ਰ ਪਤਨ ਜੈਸੀ ਸਮੱਸਿਆ ਸਰੀਰ ਸੇ ਦੂਰ ਹੋ ਸਕਤੀ ਹੈ। ਇਮਿਊਨੀ ਸਿਸਟਮ ਕੇ ਲੀਏ ਫਾਇਦੇਮੰਦ, ਕੱਦੂ ਕੇ ਬੀਜੋ ਕੋ ਜ਼ਰੂਰਤ ਕੇ ਹਿਸਾਬ ਸੇ ਖਾਣੇ ਸੇ ਸਰੀਰ ਕੀ ਇਮਿਊਨੀ ਸਿਸਟਮ ਬੜਤੀ ਹੈ। ਜੀ ਹਾਂ, ਜਿਸੇ ਆਪਕਾ ਸਰੀਰ ਕਈ ਤਰ੍ਹਾਂ ਕੇ ਵਾਇਰਲ ਔਰ ਬੈਕਟੀਰੀਆ ਸੇ ਬਚਾ ਰਹਿਤਾ ਹੈ। ਦੋਸਤੋ, ਆਪਕੋ ਬਤਾ ਦੇ ਕਿ ਕੱਦੂ ਕੇ ਬੀਜੋ ਮੇਂ ਕਈ ਐਸੇ ਪੋਸ਼ਕ ਤੱਤੋ ਵੀ ਮਿਲੇ ਹੋਤੇ ਹੈ ਜੋ ਬਾਲੋਂ ਕੇ ਲੀਏ ਝੜਨੇ ਜਾਂ ਟੂਟਨੇ ਕੋ ਰੋਕ ਕਰ ਬਾਲੋਂ ਕੋ ਇੱਕ ਅੱਛੀ ਪੋਸ਼ਣ ਪ੍ਰਦਾਨ ਕਰਨੇ ਮੇਂ ਫਾਇਦੇਮੰਦ ਮਾਨੇ ਜਾਤੇ ਹੈ। ਇੱਕ ਬਿਹਤਰ ਨੀਂਦ ਕੇ ਲੀਏ ਫਾਇਦੇਮੰਦ, ਦੋਸਤੋ ਕੱਦੂ ਕੇ ਜੋ ਬੀਜ ਹੋਤੇ ਹੈ ਉਸਮੇਂ ਐਮੀਨੋ ਐਸਿਡ ਪਾਏ ਜਾਤੇ ਹੈ ਜੋ ਸਰੀਰ ਮੇਂ ਤਾਂਤ੍ਰਿਕਾ ਪ੍ਰਣਾਲੀ ਕੋ ਸ਼ਾਂਤ ਕਰਤਾ ਹੈ, ਜਿਸਸੇ ਕਿਆ ਹੋਤਾ ਹੈ ਕਿ ਮਨ ਹਮਾਰਾ ਸ਼ਾਂਤ ਰਹਿਤਾ ਹੈ ਔਰ ਇੱਕ ਅੱਛੀ ਨੀਂਦ ਹਮੇਂ ਪ੍ਰੋਵਾਈਡ ਕਰ ਸਕਤਾ ਹੈ। ਯਾ ਦੋਸਤੋ, ਆਪਕੋ ਯਹ ਬਾਤ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਕਿ ਕੱਦੂ ਕੇ ਜੋ ਬੀਜ ਹੋਤੇ ਹੈ ਉਸਮੇਂ ਅਧਿਕ ਮਾਤਰਾ ਮੇਂ ਕੈਲੋਰੀ ਪਾਈ ਜਾਤੀ ਹੈ।
इसलिए आप इसे जरूरत के तौर पर ही इस्तेमाल करें। शरीर में यदि कोई भी बीमारी हो तो आप एक बार डॉक्टर से जरूर सलाह लें। तो इसके फायदों और असर के बारे में आप जान ही गए होंगे। लास्ट में दोस्तों, नए फ्रेंड्स और व्यूअर के लिए एक इम्पोर्टेंट बात यह है कि अगर आप हर रोज हेल्थ से जुड़ी नई नई वीडियो देखना चाहते हो तो आप अपने इस चैनल को अभी सब्सक्राइब करें और साथ में बेल आइकन बटन को जरूर दबाएं। तो मिलते हैं दोस्तों एक और नई वीडियो के साथ।